ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਅਰਮਾਨ ਡੱਫਰ, ਤੁਸੀਂ ਜੁੜ ਚੁੱਕੇ ਆਪਣੇ ਬਲੌਗ ਦੇ ਜ਼ਰੀਏ। ਅੱਜ ਪਹੁੰਚੇ ਹੋਏ ਜੀ ਚੜਿਆਲ ਦੀ ਧਰਤੀ, ਜ਼ਿਲ੍ਹੇ ਹੁਸ਼ਿਆਰਪੁਰ ਦਾ ਮੇਲਾ ਇੱਕ ਦਿਨ ਦਾ, ਇੱਧਰਲੇ ਪਾਸੇ ਕੌਸਕੋ ਦੇ ਮਹਾਨ ਖਿਡਾਰੀ ਇੱਕੋ ਫਰੇਮ ਦੇ ਵਿੱਚ। ਭਾਅ ਜੀ ਕਿਵੇਂ ਹੋ? ਵਧੀਆ ਜੀ। ਦੀਪੂ ਮਾਸਟਰ ਜੀ ਕਿਲਾ ਵਰੋਂ, ਨਾਲ ਬੰਟੀ ਹੁਸ਼ਿਆਰਪੁਰ, ਨਾਲ ਗੋਵਿੰਦਾ ਬਈਵਾੜਾ, ਇੱਧਰ ਸੂਰਜ ਸੈਫਾਬਾਦ। ਪਹਿਲਾ ਮੈਚ ਬੜਾ ਤਗੜਾ ਖੇਡਿਆ ਗਿਆ, ਪਹਿਲਾ ਦੂਜਾ ਤੀਜਾ ਚੌਥਾ ਮੈਚ ਹੈ। ਹਾਂ ਨਹੀਂ, ਤੁਹਾਡਾ ਕੋਈ ਕਮੀ ਪੇਸ਼ੀ ਨੀ, ਰਨ ਬਣ ਵੀ ਰਹੇ ਆ, ਰਨ ਰੁਕ ਵੀ ਰਹੇ ਆ। ਹਾਂ ਫੇਰ ਗੱਲਾਂ ਹੋਣਗੀਆਂ ਨਾ। ਹਾਂ ਲੋੜ ਆ ਭਾਜੀ ਬਾਂਟੀ, ਅਸਲਾਮਾਬਾਦ ਜੀ। ਭਾਜੀ ਕਿਨਵਾ ਮੈਚ ਆਪਣਾ? ਕਿਹਦੇ ਨਾਲ ਅੱਜ ਬਾਂਟੀ ਖੇਡ, ਕਿੱਧਰੋਂ ਰਿਹਾ? ਠੀਕ ਆ, ਨੀਲਾ ਨਲੋਆ। ਸੋ ਅੱਜ ਭਰਾ ਨੀਲੇ ਨਲੋਏ ਚੋਂ ਖੇਡ ਰਿਹਾ, ਤੇ ਮੈਚ ਕਿਹਦੇ ਨਾਲ? ਹਾਂ ਅੱਜ ਬਤੌਰ ਬੈਟਸਮੈਨ ਖੇਡ ਰਿਹਾ। ਸੋ ਇੱਧਰ ਭਰਾ ਸਾਡੇ ਪਹੁੰਚੇ ਹੋਏ ਆ ਇਹਦੇ ਮੇਲੇ ਦੇ ਉੱਪਰ। ਸੋ ਇੱਧਰ ਗਰਾਊਂਡ ਤੁਸੀਂ ਦੇਖ ਸਕਦੇ ਹੋ। ਲਓ ਜੀ ਦੁਨੀਆ ਦੇ ਮਹਾਨ ਖਿਡਾਰੀ, ਪੁਰਾਣੇ ਖਿਡਾਰੀ ਇੱਧਰ ਚਾਚਾ ਜੀ। ਚਾਚਾ ਜੀ ਕਿਵੇਂ ਹੋ? ਪਹਿਲਾਂ ਮੈਚ ਜਿੱਤ ਕੇ ਕਿਹੋ ਜਿਹਾ ਲੱਗ ਰਿਹਾ? ਅਗਲਾ ਕੁਆਟਰ ਟਾਈਮ ਨਾਲ, ਪਹਿਲਾ ਕੁਆਟਰ ਇਸ ਤੋਂ ਬਾਅਦ ਪਥਿਆਲ ਨਾਲ ਕੀ ਲੱਗਦਾ? ਕੰਨੂ ਧਰਮਕੋਟ, ਪਰ ਕੰਨੂ ਦਾ ਫਾਇਦਾ ਹੈ ਇੱਥੇ, ਪਿੱਛੇ ਸਕੋਰ ਹੈ ਨਹੀਂ। ਨਹੀਂ ਪੰਜ ਓਵਰ ਹੋਣਗੇ ਕੁਆਟਰ ਦੇ। ਹਾਂਜੀ, ਸੋ ਇਧਰਲੇ ਪਾਸੇ ਭਾਰਤ ਬਜਵਾੜਾ ਜੀ, ਉਧਰ ਤੁਸੀਂ ਦੇਖ ਸਕਦੇ ਹੋ ਅਮਿਤ ਭਾਜੀ, ਇਧਰ ਭਾਜੀ ਹੋਣੀ ਸਾਡੇ। ਮਹਾਰਾਜ ਕਿਵੇਂ ਹੋ? ਓਕੇ ਰਿਪੋਰਟਾਂ ਕਾਇਮ ਆ। ਹਾਂ ਸੋ ਇਧਰ ਅਮਿਤ ਹੁਸ਼ਿਆਰਪੁਰ, ਪਹਿਲਾ ਮੈਚ ਕਹਿ ਰਹੇ ਸੀ ਪਰ ਮੈਚ ਕਮੇਟੀ ਵਾਲਿਆਂ ਨੇ ਮੇਰੇ ਖਿਆਲ ਲਾਸਟ ਕਰਤਾ, ਕੀ ਕਹਿਣਾ ਚਾਹੋਗੇ? ਨਹੀਂ ਆਪਾਂ ਕੁਛ ਨੀ ਕਿਹਾ, ਆਪਾਂ ਇਹ ਕਿਹਾ ਵੀ ਮੈਚ ਜਿੱਦਾਂ ਹੋਏ ਉਦਾਂ ਕਰਾ ਦੋ, ਉਹਨਾਂ ਨੇ ਸਾਡੀ ਗੱਲ ਮੰਨ ਲਈ। ਆਪਣੀ ਆ ਕਮੇਟੀ। ਇਧਰਲੇ ਪਾਸੇ ਕੰਨੂ ਧਰਮਕੋਟ ਦੀ, ਭਾਜੀ ਕਿਵੇਂ ਹੋ? ਅੱਜ ਪਹਿਲੇ ਮੈਚ ਦੇ ਵਿੱਚ ਲੇਟ, ਉਹ ਮੈਂ ਆਪ ਬੜਾ ਹੈਰਾਨ ਆ, ਮੈਂ ਲੇਟ ਕਿਵੇਂ ਹੋ ਗਿਆ? ਤੇ ਮੁੰਡੇ ਮੈਚ ਜਿੱਤ ਗਏ ਨਰੋਲ ਖੇਡ ਕੇ। ਵਧੀਆ ਵਧੀਆ, ਮੈਂ ਤਾਂ ਐਪਰੀਸ਼ੀਏਟ ਕੀਤਾ ਨਾ ਭਰਾਵਾ, ਹੁਣ ਮਾਰੂਗੇ ਜੋ ਜੋਗੇ ਕਰ ਦਿੱਤਾ ਇਹਨਾਂ ਨੇ। ਹਾਂ ਹੋਰ, ਨਹੀਂ ਤਾਂ ਖਾਲੀ ਮੋੜਨਾ ਸੀ ਨਾ। ਤੇ ਅਸਲ ਮੈਂ 18-20 ਸਾਲਾਂ 'ਚ ਮੇਰੇ ਖਿਆਲ ਨਾਲ ਪਹਿਲੀ ਵਾਰੀ ਮੈਂ ਕਿਸੇ ਕੋਲ ਪੈਸੇ ਪਾਏ, ਮੈਂ ਇਹਨੂੰ ਬੜਾ ਹੋਇਆ ਆਪਣੇ ਆਪ ਜੀ ਘਾਟਾ ਮਹਿਸੂਸ। ਅੱਛਾ ਹੋਰ, ਆ ਪਿੱਛੇ ਜੇ ਭਰਾਵਾ ਹੁਣ ਕੀ ਕਹੀਏ, ਜਾ ਕੇ ਕਹਿੰਦੇ ਹੁਣੇ ਪਾਉਣੇ ਪੈਸੇ, ਪੈਸੇ ਕਿਸੇ ਨੇ ਪਾਏ ਨਹੀਂ। ਫਿਰ ਆ ਮੈਂ ਕਿਹਾ ਚੱਲ, ਮੈਂ ਪਹਿਲੀ ਵਾਰੀ ਪੈਸੇ ਪਾਏ, ਮੈਨੂੰ ਆਪਣੇ ਆਪ ਨੂੰ ਘਾਟਾ ਮਹਿਸੂਸ ਸੀਗਾ। ਹਾਂ ਹੋ ਜਾਂਦਾ ਨਾ, ਮਨ ਨੂੰ ਹੋ ਜਾਂਦਾ ਵੀ ਅਗਲਿਆਂ ਨੇ ਸੱਦਿਆ ਨਾ, ਲੇਟ ਹੋ ਗਿਆ। ਪਰ ਮੈਂ ਜਦੋਂ ਦਾ ਮੈਂ ਬੋਲਣ ਲੱਗਾ, ਮੈਂ ਕਦੀ ਦੇਖਿਆ ਨਹੀਂ ਵੀ ਕੰਨੂ ਲੇਟ ਹੁੰਦਾ। ਨਹੀਂ ਹੋ ਸਕਦਾ, ਪਰ ਆ ਮੇਰਾ ਭਤੀਜਾ ਦਾ, ਉਹ ਦੇਖ ਇਹਦੇ ਵੱਲ ਘੁਮਾ ਕੇ ਮੇਰਾ ਇਹ ਤਿਆਰ ਹੈ ਮੇਰੇ ਨਾਲ। ਅੱਛਾ ਗਿਆ ਜੀ ਓਏ, ਇੱਧਰ ਦੇ ਠੀਕ ਆ। ਤੇ ਅੱਜ ਫਿਰ ਦੇਖੂਗਾ ਚਾਚੂ ਦੀ ਖੇਡ। ਬਹੁਤ ਲੰਬੇ ਸਮੇਂ ਬਾਅਦ ਗਰਾਊਂਡਾਂ ਤੋਂ, ਜਿਹੜਾ ਦੂਰ ਸੀਗੇ ਪਹਿਲਾਂ, ਹੁਣ ਗਰਾਊਂਡਾਂ 'ਚ ਵਾਪਸੀ, ਕੀ ਚੱਕਰ? ਥੋੜੀਆਂ ਦਿੱਕਤਾਂ ਹੋ ਜਾਂਦੀਆਂ। ਹਾਂ ਤੇ ਹੁਣ ਕਿੱਦਾਂ? ਹੁਣ ਰੈਗੂਲਰ ਖੇਡੀ ਜਾਂਦੇ ਆ, ਬੈਟ ਚੱਲੀ ਜਾਂਦਾ। ਹਾਂ ਜਿੱਤ ਨਹੀਂ ਰਹੇ। ਅੱਜ ਕੱਲ੍ਹ ਦੀ ਕ੍ਰਿਕਟ ਪਤਾ ਕੀ ਹੈਗੀ ਆ, ਜੇ ਤੁਸੀਂ ਸਕਰੀਨ 'ਤੇ ਦੇਖੋਗੇ ਤਾਂ ਹੀ ਲੋਕਾਂ ਨੂੰ ਦੇਖੋਗੇ, ਨਹੀਂ ਤਾਂ ਕੋਈ ਨਹੀਂ ਪੁੱਛਦਾ। ਇਹ ਤਾਂ ਹੈ।
ਤੇ ਇੱਕ ਸਮਾਂ ਸੀ ਜਦੋਂ ਕੰਨੂ ਨੂੰ ਫੋਨ ਆਉਂਦੇ ਹੁੰਦੇ ਸੀ ਹਨਾ, ਫਿਰ ਉਹ ਕੋਈ ਗੱਲ ਨਹੀਂ ਹੈਗੀ, ਸਮਾਂ ਹੋਰ ਫੇਰ ਲਿਆਵਾਂਗੇ, ਇਹਦੀ ਨਹੀਂ ਕੋਈ ਗੱਲ ਹੁੰਦੀ ਹੈਗੀ। ਹੁਣ ਕੱਲ ਉਹ ਜੱਜ ਖੇਡਿਆ ਹੈਗਾ, ਹਾਂਜੀ ਸਿਰਾ ਲਾਤਾ ਉਹਨੇ, ਬਹੁਤ ਚੰਗਾ ਖੇਡਿਆ, ਹੁਣ ਸਾਰੇ ਪਾਸੇ ਜੱਜ ਹਾਂ। ਇਹ ਕ੍ਰਿਕਟ ਹੁਣ ਆਹ ਰਹਿ ਆ, ਪਹਿਲਾਂ ਹੁੰਦੀ ਸੀਗੀ ਕਿ ਉਹ ਪਲੇਅਰ ਦੀ ਇੱਜ਼ਤ ਸੀਗੀ, ਇੱਜ਼ਤ ਹੈ ਨਹੀਂ ਹੁਣ, ਹੈ ਨਹੀਂ ਹੁਣ, ਜ਼ਿਆਦਾਤਰ ਇਹ ਵੀ ਆ ਵੀ ਪੈਸੇ ਕਰਕੇ ਵੀ ਆ ਨਾ ਸਾਰੇ, ਇਹ ਗੱਲਾਂ ਨਾ ਛੇੜ ਮੈਨੂੰ ਤਾਂ ਭਰਾਵਾ। ਤੇ ਇੱਕ ਹੋਰ ਜਾਲੀ ਟੀਮਾਂ ਦਾ ਬਹੁਤ ਰੌਲਾ, ਕੀ ਕਹਿਣਾ ਚਾਹੁੰਦੇ? ਕੋਈ ਬੋਲਦਾ ਮੈਂ, ਮੈਨੂੰ ਨਾ ਆਇਆ ਹੋਇਆ ਵੈਸੇ ਪੋਡਕਾਸਟ ਲਈ, ਤਿੰਨ ਚਾਰ ਬੰਦੇ ਨੇ, ਮੈਂ ਹਲੇ ਰੋਕੇ ਹੋਏ ਆ ਕਿਉਂਕਿ ਮੇਰੀ ਜ਼ਬਾਨ ਜ਼ਿਆਦਾ ਚੱਲ ਪੈਂਦੀ ਹੈਗੀ ਆ, ਕਿਉਂਕਿ ਅਸੀਂ ਜਿਹੜੀ ਕ੍ਰਿਕਟ ਖੇਡੀ 20 ਸਾਲ ਤੋਂ, ਮੈਂ ਆਪਣੇ ਪੂਰੇ ਤਨ ਮਨ ਤੋਂ ਖੇਡੀ ਆ, ਇੱਕ ਵੀ ਬੰਦਾ ਕਹਿ ਦੇਵੇ ਅਸੀਂ ਕ੍ਰਿਕਟ 'ਚ ਕੋਈ ਗਲਤ ਖੇਡੇ ਜਾਂ ਕਿੱਦਾਂ ਹੈਗਾ, ਇਹ ਵਾਰਡ ਵਾਰਡ ਕਰਦੇ ਰਹਿੰਦੇ ਨਾ, ਸਾਡਾ ਵਾਰਡ ਹੈਗਾ, ਸਾਡੇ ਵਾਰਡ ਦੇ ਵਿੱਚ ਤਿੰਨ ਮੱਲੇ ਆ, ਅਸੀਂ ਇੱਕੋ ਹੀ ਮੱਲੇ 'ਚ ਖੇਡਦੇ ਹਾਂ, ਸਾਡੇ ਜਿਹੜੀ ਮੇਰੀ ਟੀਮ ਹੈ ਨਾ 400 ਵੋਟ ਆ, ਮੇਰੇ ਮੁੰਡੇ ਬਾਹਰ ਚਲ ਗਿਆ, ਨਹੀਂ ਤਾਂ ਸਾਡੇ ਤੇ ਕੋਈ ਅੱਜ ਤੱਕ ਉਂਗਲ ਚੱਕ ਕੇ ਦਿਖਾਵੇ। ਅੱਛਾ ਭਾਈ, ਮੈਂ ਇੱਕ ਟੋਕ ਕੇ, ਤੁਸੀਂ ਕੀ ਚਾਹੁੰਦੇ ਆ ਵੀ ਇੱਕ ਮੱਲੇ ਦੀ ਟੀਮ ਐਂਟਰ ਹੋਵੇ ਵਾਰਡ 'ਚ? ਕ੍ਰਿਕਟ ਆ ਮੈਂ, ਪਰ ਮੈਂ ਬੋਲਣਾ, ਮੈਂ ਪੋਡਕਾਸਟਾਂ ਸੀਗੇ ਜਾਂ ਮੈਂ ਆਪ ਲਾਈਵ ਹੋ ਗਏ, ਪਰ ਤੇਰੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਹੈਗਾ, ਕ੍ਰਿਕਟ ਕੋਈ ਨਹੀਂ ਹੈਗੀ ਪਿੰਡ ਪੱਧਰ ਦੀ, ਕ੍ਰਿਕਟ ਜਾਲੀ ਹੋਵੇ ਯਾਰ, ਮੇਰਾ ਤੁਹਾਡੇ ਨਾਲ ਮੈਚ ਆ, ਤੁਸੀਂ ਜਾਲੀ ਹੋ, ਮੈਂ ਤੁਹਾਨੂੰ ਹਰਾਊਂਗਾ ਨਾ, ਉਹ ਤੁਹਾਡੀ ਮੰਜੀ ਠੋਕ ਕੇ ਜਾਊਂਗਾ, ਮੰਜੀ ਠੋਕ ਕੇ ਜਾਊਂਗਾ, ਫਿਰ ਪਤਾ ਲੱਗਦਾ ਉਹ ਜਾਲੀ ਹੈ ਤੂੰ ਵੀ ਪੱਧਰੇ, ਮੈਂ ਤਾਂ ਮੈਂ ਮਿਲਦਾ। ਹਾਂ ਸੋ ਕੰਨੂ ਧਰਮਕੋਟ ਜੀ, ਇੱਧਰ ਤੁਸੀਂ ਦੇਖ ਸਕਦੇ ਹੋ। ਹੋਰ ਗੋਪੀ ਕਿਵੇਂ ਆ, ਕਾਇਮ ਆ? ਕੀ ਸੋਚ ਰੱਖੀ ਸੀ, ਗੁਰੀ ਨੂੰ ਕਿੰਨੇ ਛੱਕੇ ਮਾਰਨ ਦਾ ਸੋਚਿਆ ਸੀ ਵੀ ਪਹਿਲੇ 'ਚ ਨਵੇੜਾ ਕਰਨਾ ਸੀ? ਹਾਂ ਹੈ, ਤੇ ਜਦ ਬਾਹਰੋਂ ਸਾਰਿਆਂ ਨੇ ਕਿਹਾ ਵੀ ਸਲੋਰ ਮਾਰ, ਕੋਈ ਦਿਮਾਗ 'ਚ ਆਇਆ ਨਹੀਂ ਵੀ ਸਲੋਰ ਪਾਊਗਾ, ਥੋੜ੍ਹਾ ਦੇਖ ਖੇਡ ਲਈਏ? ਹਾਂ ਚਲ ਪਿਆ ਜੀ ਇੱਧਰ ਭਰਤ ਬਜਵਾੜਾ, ਗੁਰੀ ਕੱਕੋਂ ਭਾਜੀ ਕਿਵੇਂ ਹੋ, ਠੀਕ ਹੋ? ਕੀ ਕਹਿਣਾ ਚਾਹੋਗੇ ਬੈਟਿੰਗ ਬਾਰੇ ਤੇ ਬੋਲਿੰਗ ਬਾਰੇ? ਬੋਲਿੰਗ ਲਈ ਕੀ ਕਹਿਣਾ ਚਾਹੂੰਗਾ? ਦੀਪੂ ਮਾਸਟਰ ਜੀ 26 ਰਨ ਸੀਗੇ ਪਹਿਲੇ 'ਚ, ਮੇਰੇ ਖਿਆਲ 14 ਅੰਕ ਲੱਗੇ ਇਹਨੂੰ, ਕਿੱਦਾਂ? ਹਾਂ ਬਾਅਦ ਦੇ ਵਿੱਚ ਸਲੋਰ ਗਿਆ, ਫਿਰ ਫਟ ਗਿਆ। ਸੋ ਇੱਧਰ ਤੁਸੀਂ ਦੇਖ ਸਕਦੇ ਹੋ ਭਰਾ ਗੁਰੀ ਭਾਜੀ ਪਹੁੰਚੇ ਹੋਏ, ਇੱਧਰ ਭਰਾ ਸਾਡੇ ਉਹ ਛੋਟਾ ਗੋਪੀ। ਕੀ ਕਹਿਣਾ ਚਾਹੋਗੇ ਮੈਚ ਦੇ ਬਾਰੇ? ਕੁਛ ਨਹੀਂ ਕਹਿਣਾ ਚਾਹੁੰਦੇ, ਹਾਂ ਇੱਕ ਪਾਸਾ ਹੋ ਗਿਆ। ਸੋ ਇੱਧਰ ਭਰਾ ਸਾਡੇ ਕਿਸ਼ਨ ਗੜੀਏ, ਤੇ ਪਿੱਚ ਕਹਿੰਦਾ ਤੇਜ਼ ਬੜੀ ਹੋ ਗਈ ਆ ਹੁਣ, ਤੇ ਜਦੋਂ ਸਵੇਰੇ ਸਕੋਰ ਮਾਰੇ ਸੀਗੇ ਆਪ ਉਦੋਂ ਸਾਡੇ ਕਿਸ਼ਨ ਗੜੀ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਇਆ ਇਹਦੇ ਮੇਲੇ ਤੇ, ਪਰ ਹੁਣ ਵਾਪਸੀ ਕਰਨੀ ਪੈਣੀ ਆ ਨਾ, ਅਸੀਂ ਫਿਰ ਫਾਈਨਲ ਤੱਕ ਡਿੱਕਣਾ ਪੈਣਾ ਨਾ, ਫੇਰ ਹੀ ਚੱਲਾਂਗੇ ਜੇ ਜਾਣਾ ਹੋਇਆ ਤੇ। ਹਾਂ ਸੋ ਭਰਾ ਸਾਡੇ ਇੱਧਰ ਤੁਸੀਂ ਦੇਖ ਸਕਦੇ ਹੋ, ਹੈਪੀ ਕਿਸ਼ਨਗੜ੍ਹ ਜੀ ਭਾਜੀ ਕਿਵੇਂ? ਜ਼ਿਆਦਾ ਮੁੜਕਾ ਜੋ ਪਿਆ ਨਾ ਮੈਚ, ਜ਼ੋਰ ਬਹੁਤ ਲੱਗਾ, ਮਾਈਨਸ ਪੁਆਇੰਟ ਕੀ ਮੰਨ ਰਿਹਾ ਮੈਚ ਹਾਰਨ ਦਾ? ਹਾਂ ਤੇ ਜੇ ਉਦਾਂ ਗੱਲ ਕਰੀਏ, ਅੱਜ ਬੈਟਿੰਗ ਕਿੰਨੇ ਟਾਈਮ ਬਾਅਦ ਆਈ ਆ ਟੂਰਨਾਮੈਂਟ ਦੇ? ਸੋ ਹੈਪੀ ਕਿਸ਼ਨਗੜ੍ਹ ਜੀ, ਹਾਂ ਇਹ ਤਾਂ ਹੈ। ਹਾਂ ਹੁਣ ਨਿਆਣਿਆਂ ਨੂੰ ਮੌਕਾ ਦੇਣਾ ਅੱਗੇ ਹੈ ਨਾ। ਹਾਂ ਸੋ ਇੱਧਰ ਭਾਜੀ ਹੋਣੀ, ਹੁਣ ਜਾ ਰਹੇ ਹਾਂ, ਫਿਰ ਕਰਨੀ ਪੈਣੀ ਵਾਪਸੀ, ਲੰਗਰ ਛਕਿਆ ਕਿ ਨਹੀਂ ਇਹ ਦੱਸੋ? ਇੱਥੇ ਰੱਖ ਕੜੀ ਚੌਲ ਹੈ ਨਾ। ਹਾਂ ਸੂਰਜ ਸੈਫਾ ਭਾਜੀ, ਸਾਰੇ ਭਰਾਵਾਂ ਨੂੰ ਹੋਰ ਕਿਵੇਂ ਆ? ਬਹੁਤ ਵਧੀਆ,
ਸੂਰਜ ਪਹੁੰਚਿਆ ਹੋਇਆ ਸੈਫਾਬਾਦ ਵਾਲਾ ਲੱਡੂ ਦੇ ਪਿੰਡੋਂ ਆਇਆ ਚੱਲ ਕੇ। ਸੋ ਇੱਧਰ ਕਿਸ਼ਨਗੜ੍ਹ ਦੀ ਟੀਮ ਥੋੜੇ ਮੂੰਹ ਢਿੱਲੇ ਜੇ ਪੈ ਗਏ ਆ ਹੁਣ ਮੁੰਡਿਆਂ ਦੇ, ਹਾਂ ਜਾਣਾ ਪੈਣਾ ਨਾ ਹਨਾ। ਹਾਂ ਚਲੋ ਕੋਈ ਗੱਲ ਨੀ, ਹਾਰਾ ਜਿੱਤਾਂ ਬੜੀਆਂ ਨਾ, ਕੀ ਕਰ ਸਕਦੇ ਆ। ਜਿਹੜੀ ਜਿੱਤ ਗਈ 62 ਨੰਬਰ ਕਹਿੰਦੇ ਇੱਕ ਦੇ ਨਾਲ ਖੇਡੂਗੀ, ਕਹਿੰਦੇ ਪ੍ਰਬੰਧਕ ਕਹਿੰਦੇ ਲੱਗਣਗੇ ਟਿਕਾਣੇ ਮੇਰੇ ਵੀਰੋ। ਵੱਡੇ ਮੈਚ ਦੀ ਕਹਿੰਦੇ ਸ਼ੁਰੂਆਤ ਹੈ। ਲਓ ਜੀ ਇਧਰਲੇ ਪਾਸੇ ਦੁਨੀਆਂ ਦੇ ਦੋ ਮਹਾਨ ਖਿਡਾਰੀ ਅਮਿਤ, ਵਾਰਡ ਨੰਬਰ 1 ਹੁਸ਼ਿਆਰਪੁਰ, ਨਾਲ ਗੋਪੀ ਜਲਪੇ। ਭਾਜੀ ਕਿਵੇਂ ਆ? ਲੈ ਵੀ ਗੋਪੀ, ਅਮਿਤ ਦੀ ਬਾਲ ਬਾਰੇ ਅੱਜ ਕੀ ਕਹਿਣਾ ਚਾਹੂੰਗਾ? ਸਦਾ ਬਹਾਰ ਆ ਯਾਰ ਇਹ ਬੰਦੇ, ਅੱਜ ਸੀਰੀਜ਼ ਨਹੀਂ ਤਾਂ ਬੈਸਟ ਤਾਂ ਬਣੂਗਾ। ਕੌਣ? ਅਮਿਤ ਭਾਜੀ। ਹਾਂ ਪੂਰਾ ਪੂਰਾ। ਤੇ ਟੌਸ ਕਿਹਨੇ ਜਿੱਤਿਆ? ਬਜਵਾੜੇ ਨੇ। ਅੱਛਾ ਠੀਕ ਆ, ਤਾਂ ਹੀ ਬਾਲ ਕ ਲੱਗੇ ਕਰਨ ਨਾ। ਡਰ ਗਏ ਨਾ ਫਿਰ, ਇਹਨਾਂ ਨੂੰ ਪਤਾ ਦੱਸਾਂ ਕਿਤੇ ਆਲ ਆਊਟ ਨਾ ਹੋ ਜਾਈਏ। ਪਹਿਲਾਂ ਇਹਨਾਂ ਨੇ ਦੇਖ ਲਓ ਟੀਮ 11 ਬਾਲ ਲੈ ਰਹੀ ਹੈ। ਹਾਂ ਹੁਣ ਤਾਂ ਡਰ ਲੱਗਦਾ ਗੋਪੀ ਭਾਈ, 11 12 ਦੇ ਮੇਰੇ ਖਿਆਲ ਰੋਕੇ ਮੁੰਡੇ ਆ ਨਾ ਪਹਿਲਾਂ। ਨਹੀਂ ਚੰਗੀ ਬਾਲ ਪਾਈ ਸੀ ਫਿਰ ਕੋਈ ਆ ਜਾ। ਵਿਕਟ ਬਾਰੇ ਦੋ ਸ਼ਬਦ, ਬਹੁਤ ਵਧੀਆ ਵਿਕਟ ਹੈ। ਕੋਈ ਕਮੀ ਪੇਸ਼ੀ ਹੋਵੇ? ਕੋਈ ਕਮੀ ਪੇਸ਼ੀ ਨਹੀਂ, ਪਸੰਦ ਵਾਲੀ ਟੂਰਨਾਮੈਂਟ ਹੈ। ਹਾਂ ਵਿਕਟ ਤੁਸੀਂ ਦੇਖ ਸਕਦੇ, ਵਿਕਟ ਹੈ ਵੀ ਚੋੜਾ, ਵਿਕਟ ਹੈ ਵੀ ਲੰਬਾ, ਡੈਡ ਦਾ ਵੀ ਕੋਈ ਰੌਲਾ ਨਹੀਂ ਨਾ। ਦੀਪੂ ਮਾਸਟਰ ਪਹਿਲਾ ਓਵਰ ਪਾਉ, ਪਰ ਮੈਨੂੰ ਲੱਗਦਾ ਭਾਰਤ ਬਜਵਾੜਾ। ਕੀ ਰਣਨੀਤੀ ਹੋਊਗੀ ਭਾਰਤ ਦੇ ਅੱਗੇ? ਭਾਰਤ ਦੇ ਅੱਗੇ ਕੀ ਰਣਨੀਤੀ ਹੋਊਗੀ? ਲੰਬਾ ਖੇਡਣ ਜਾਊਂਗਾ, 6 ਓਵਰ ਦਾ ਮੈਚ ਆ। ਆ ਗੋਪੀ ਜਲ ਪਿਆ ਜੀ, ਤੁਸੀਂ ਦੇਖ ਸਕਦੇ ਇਧਰਲੇ ਪਾਸੇ। ਆ ਜੀ ਇਧਰਲੇ ਪਾਸੇ ਭਿੰਡੀ ਹੁਸ਼ਿਆਰਪੁਰ, ਭਾਜੀ ਕਿਵੇਂ ਆ? ਕੀ ਲੱਗਦਾ ਮੈਚ ਨੂੰ ਦੇਖ ਕੇ? ਪਹਿਲੀ ਵਾਰ ਤੇ ਛੱਕਾ ਵੱਜ ਗਿਆ, ਕੀ ਕਹਿਣਾ ਚਾਹੋਗੇ? ਇੱਥੇ ਲੱਗਦਾ ਸੀ ਵੀ ਫਾਈਨਲ ਵਾਰਡ 47 ਖੇਡਦੀ ਹੁੰਦੀ, ਜ਼ਿਆਦਾ ਵਧੀਆ ਸੀ। ਠੇਕੇਦਾਰ ਸਾਹਿਬ ਪਹੁੰਚੇ ਹੋਏ ਅੱਜ ਨਾਲ, ਸਵੇਰ ਤੋਂ ਅੱਜ ਨਾਲੇ ਆਏ ਹੋਏ ਹਨਾ। ਹਾਂ ਮੇਲਾ ਵੀ ਘਰ ਦਾ, ਸੋ ਭਿੰਡੀ ਹੁਸ਼ਿਆਰਪੁਰ, ਇੱਧਰ ਭਾਜੀ ਹੋਣੀ ਸਾਡੇ ਬੈਠੇ ਹੋਏ ਆ। ਭਾਜੀ ਕਿੱਦਾਂ ਦਾ ਮੇਲਾ? ਮੰਗੀ ਭਾਜੀ ਕੀ ਕਹਿਣਾ ਚਾਹੋਗੇ? ਕੋਈ ਕਮੀ ਪੇਸ਼ੀ? ਹਾਂ ਇੱਕ ਦਿਨ ਦਾ ਨਾਲੇ। ਹਾਂ ਫੌਜੀ ਪਿੱਪਲਾਂ ਵਾਲੇ ਜੀ, ਅੱਜ ਮਿਹਨਤ ਬਹੁਤ ਆ ਮੁੰਡੇ ਦੀ। ਹਾਂ ਫੌਜੀ ਵਿਕਟ ਬਹੁਤ ਜ਼ਿਆਦਾ ਸੋਹਣਾ, ਕੀ ਲੱਗਦਾ ਮੈਂ? ਹਾਂ ਸੋ ਇੱਧਰ ਫੌਜੀ ਪਿੱਪਲਾਂ ਵਾਲਾ ਸਮੂਹਿਤ ਭਰਾ ਸਾਡਾ ਪਹੁੰਚਿਆ ਹੋਇਆ, ਗਰਾਊਂਡ ਤੁਸੀਂ ਦੇਖ ਸਕਦੇ ਇੱਧਰਲੇ ਪਾਸੇ। ਅੱਛਾ ਜੀ ਹੁਸ਼ਿਆਰਪੁਰ ਬੋਲਿਆ ਨਾ ਕਰੋ ਹੋਏ, ਨਹੀਂ ਜੇ ਪਹਿਲੀ ਗੱਲ ਤੇ ਆਣਾ ਬਈ ਹੁਸ਼ਿਆਰਪੁਰ ਤੇ ਬੋਲਿਆ ਨਾ ਕਰੋ, ਸੁਰਖੀਆਂ ਵਾਲੇ ਬੋਲਿਆ ਕਰੋ, ਕਿਉਂ ਬਈ? ਸੋ ਇੱਧਰ ਧੋਨੀ ਚੱਕ ਗੁਜਰਾਂ ਜੀ, ਤੁਸੀਂ ਦੇਖ ਸਕਦੇ ਅੱਜ ਬੋਲਾਂ ਦੀ ਸਾਂਝ ਪਾਈ ਆ। ਇੱਧਰ ਸਮੋਹਿਤ ਭਰਾ ਸਾਡਾ ਲਾਈਵ ਦੇ ਉੱਪਰ ਡਿਊਟੀਆਂ ਸਾਂਭੀਆਂ। ਲੈ ਵੀ ਧੋਨੀ ਕੀ ਕਹਿਣਾ ਚਾਹੁੰਗਾ ਮੇਲੇ ਬਾਰੇ ਅੱਜ? ਬਹੁਤ ਵਧੀਆ ਭਾਈ, ਪਹਿਲੇ ਸਾਲ 'ਚ ਟੂਰਨਾਮੈਂਟ ਲੱਗਦਾ ਨਹੀਂ ਸੀ, ਪਹਿਲੇ ਸਾਲ ਦੇ ਵਿੱਚ ਜਿੱਦਾਂ ਇੰਨਾ ਵਧੀਆ ਕਰਵਾਉਂਗੇ ਹੈ ਨਾ। ਬਹੁਤ ਵਧੀਆ ਪ੍ਰਬੰਧ, ਬੜੇ ਵਧੀਆ ਸੀ, ਲੰਗਰ ਹਜੇ ਤੱਕ ਵੀ ਚੱਲੀ ਜਾਂਦਾ ਨਾ। ਨਹੀਂ ਨਹੀਂ ਬਸ, ਸੋ ਅੱਜ ਦਾ ਮੇਲਾ ਸਮਾਪਤ ਆ। ਲੈ ਵੀ ਧੋਨੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਬੈਸਟ ਖਿਡਾਰੀ ਅੱਜ ਕਿਹੜੇ ਆਏ, ਮੈਨ ਆਫ ਦੀ ਸੀਰੀ ਕਿਹੜਾ ਆ, ਇਹ ਧੋਨੀ ਚੱਕ ਗੁਜਰਾਂ ਹੀ ਦੱਸਣਗੇ ਅੱਜ। ਪਹਿਲੇ ਨੰਬਰ ਤੇ ਜੀ ਆਈ ਆ 62 ਨੰਬਰ 1 ਹੁਸ਼ਿਆਰਪੁਰ ਦੀ ਟੀਮ, ਦੂਜੇ ਨੰਬਰ ਤੇ ਆਈ ਜੀ ਬਜਵਾੜੇ ਦੀ ਟੀਮ,
ਬੈਸਟ ਬੈਟਸਮੈਨ ਬਣਿਆ ਜੀ ਭਿੰਡੀ ਹੁਸ਼ਿਆਰਪੁਰ, ਬੈਸਟ ਬੋਲਰ ਅਮਿਤ ਹੁਸ਼ਿਆਰਪੁਰ ਤੇ ਮੈਨ ਉਹਦਾ ਸੀ ਦੀਪੂ ਮਾਸਟਰ ਜੀ ਕਿਲਾ। ਹਾਂ, ਸੋ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਬੰਧਕ ਵੀਰ ਜਿਹੜੇ ਭਰਾਵਾਂ ਨੇ ਟੂਰਨਾਮੈਂਟ ਕਰਵਾਇਆ। ਭਾਜੀ ਕਿੱਦਾਂ ਦਾ ਲੱਗਿਆ ਪਹਿਲੇ ਸਾਲ ਦੇ ਵਿੱਚ ਟੂਰਨਾਮੈਂਟ ਕਰਾ ਕੇ? ਹਾਂ, ਤੇ ਜੇ ਗੱਲ ਕਰੀਏ ਪਲੇਅਰਾਂ ਦਾ, ਪਲੇਅਰਾਂ ਨੇ ਬੜੀ ਪੂਰੀ ਟੀਮਾਂ ਨੇ ਪੂਰਾ ਕੋਆਪਰੇਟ ਕੀਤਾ ਸਾਡੇ ਨਾਲ। ਹਾਂ, ਕਿਸੇ ਨੇ ਕੋਈ ਤੰਗ ਨਹੀਂ ਕੀਤਾ ਸਾਨੂੰ। ਇੱਕ ਦਿਨ ਦਾ ਮੇਲਾ, ਇੱਕ ਦਿਨ ਦਾ ਮੇਲਾ ਬੜਾ ਵਧੀਆ ਹੋਇਆ। ਵਧੀਆ ਲੱਗਾ, ਅਗਲੀ ਵਾਰ 3 ਦਿਨ ਦਾ ਕਰਾਵਾਂਗੇ। ਅੱਛਾ ਜੀ, ਵੀ ਅਗਲੇ ਸਾਲ ਵੀ ਆਸ ਹੈ ਵੀ ਮੇਲਾ ਕਰਵਾਉਂਗੇ ਮੁੰਡਿਆਂ ਨਾਲ। ਹਾਂ, ਵੀ ਕੋਈ ਕਹਿ ਨਹੀਂ ਸਕਦਾ ਵੀ ਪਹਿਲੇ ਦਿਨ ਚ ਮੇਲਾ ਕਰਵਾਇਆ ਨਾ ਮੁੰਡਿਆਂ ਨੇ। ਜੇ ਆਪਾਂ 1-1.5 ਮਹੀਨੇ ਗਰਾਊਂਡ ਤਿਆਰ ਕਰਕੇ ਨਾ, ਸਭ ਤੋਂ ਨੰਬਰ 1 ਦਾ ਭਾਈ ਜੀ ਬਣਾਉਣੀ। ਹੋਰ ਭਾਈ ਕਮੈਂਟਰੀ ਵਾਲਾ ਦਾ ਭਾਈ ਰੰਗ ਮੰਨ ਤੇ। ਹਾਂ, ਧੰਨਵਾਦ ਭਾਜੀ। ਸੋ ਇੱਧਰ ਤੁਸੀਂ ਦੇਖ ਸਕਦੇ ਹੋ ਪ੍ਰਬੰਧਕ ਵੀਰ ਸਾਡੇ, ਸੁਣ ਕੇ ਕਮੈਂਟ ਕਰ। ਸਭ ਤੋਂ ਵਧੀਆ ਭਾਈ ਤੁਹਾਡੀ ਸੀਗੀ ਲਾਈਵ ਉਦਾਂ ਚੱਲਦੀ ਜਿਹੜੀ ਸੀਗੀ ਨਾ। ਸ਼ੁਕਰੀਆ ਭਾਜੀ। ਤੇ ਪਲੇਅਰਾਂ ਦਾ ਕੋਈ ਇਦਾਂ ਦਾ ਨਹੀਂ ਸੀਗਾ ਵੀ ਹਾਂ ਵੀ ਸਾਡੇ ਆਹ ਪਲੇਅਰ ਖੇਡੇ, ਸਾਡੇ ਆਹ ਪਲੇਅਰ ਖੇਡੇ। ਸਾਨੂੰ ਕੋਈ ਪਲੇਅਰ ਸਾਰੇ ਵਧੀਆ ਖੇਡੇ ਆ। ਹਾਂ, ਕੋਈ ਪਲੇਅਰ ਮਾੜਾ ਨਹੀਂ ਖੇਡਿਆ। ਤੇ ਜੇ ਇੱਕ ਸਾਨੂੰ ਸਭ ਤੋਂ ਵੱਡੀ ਖੁਸ਼ੀ ਆਪਣੀ ਟੀਮਾਂ ਦੀਆਂ 18 ਟੀਮਾਂ ਸੀਗੀਆਂ। ਹਾਂਜੀ, ਇਹਨਾਂ ਦਾ ਸਭ ਤੋਂ ਵੱਡੀ ਖੁਸ਼ੀ ਆ ਕਿ ਸਾਨੂੰ ਕਿਸੇ ਨੇ ਤੰਗ ਨਹੀਂ ਕੀਤਾ। ਟਾਈਮ ਤੇ ਹੁੰਦੀਆਂ ਰਹੀਆਂ। ਇੱਕ ਸਿਫਤ ਤੁਹਾਡੀ ਇਹ ਆ ਵੀ ਤੁਸੀਂ ਲੋਕਲ ਟੀਮਾਂ ਲਈਆਂ ਸਾਰੀਆਂ। ਬਿਲਕੁਲ ਬਿਲਕੁਲ ਭਾਈ, ਲੋਕਲ ਟੀਮਾਂ ਨੇ ਪਹਿਲ ਦਿੱਤੀ ਅਸੀਂ। ਹਾਂ, ਵੀ ਨਹੀਂ ਤਾਂ ਕੋਈ ਦੇਖਦਾ ਨਹੀਂ ਲੋਕਲ ਟੀਮਾਂ ਦਾ ਨਾ। ਸਾਡੀ ਲੋਕਲ ਟੀਮਾਂ ਦੇ ਨਾਲ ਸਾਡੇ ਖੇਡਦੀਆਂ ਹਰੇਕ ਆਪਣੇ ਏਰੀਆ ਦਾ ਕਰਵਾਇਆ ਸੀਗਾ ਦਰਅਸਲ ਸਾਰੇ ਪਿੰਡ ਜਿੱਦਾਂ ਜਿੱਦਾਂ ਆਪਾਂ ਜਿੱਥੇ ਜਿੱਥੇ ਖੇਡੇ ਆ ਉਹਨਾਂ ਨੂੰ ਸੱਦਿਆ ਸੀਗਾ। ਅੱਛਾ ਜੀ, ਸਾਰਿਆਂ ਨੂੰ। ਹਾਂ, ਸੋ ਇੱਧਰ ਅਸੀਂ ਤਾਂ ਇਸ ਕਰਕੇ ਟੂਰਨਾਮੈਂਟ ਕਰਾਇਆ ਭਾਜੀ, ਕਾਫੀ ਟਾਈਮ ਤੋਂ ਸਾਡੇ ਮਨ ਸੀਗਾ ਟੂਰਨਾਮੈਂਟ ਕਰਾਉਣਾ ਸਾਰੇ ਟੀਮ ਦਾ। ਸਾਡੇ ਪਿੰਡ ਕੋਲ ਗਰਾਊਂਡ ਹੈ ਨਹੀਂ ਸੀ ਦਰਅਸਲ, ਆਪਾਂ ਉਸ ਕਰਕੇ ਨਹੀਂ ਕਰਵਾ ਪਾਏ। ਅੱਛਾ ਜੀ, ਹੁਣ ਸਾਨੂੰ ਤਕਰੀਬਨ 1.5 ਮਹੀਨਾ ਪਹਿਲਾਂ, ਕੱਲਾ ਬੰਦਾ ਕੁਛ ਨੀ ਕਰਾ ਸਕਦਾ ਨਾ। ਹਾਂ, ਸੋ ਇੱਧਰ ਭਰਾ ਸਾਡੇ ਠੇਕੇਦਾਰ ਸਾਹਿਬ ਵੀ ਪਹੁੰਚੇ ਹੋਏ ਆ ਸਵੇਰ ਤੋਂ ਹੀ। ਸੋ ਸਾਡੇ ਬਾਹਰਲੇ ਭਰਾ ਸੁੱਖੂ ਅਮਰੀਕਾ ਤੇ ਸ਼ੁਭਮ ਜਰਮਨ, ਇਹਨਾਂ ਨੇ ਬਹੁਤ ਸਾਡੀ ਸਹਿਯੋਗ ਕੀਤਾ, ਇਹਨਾਂ ਨੇ ਬਹੁਤ ਮਦਦ ਕੀਤੀ, ਬਹੁਤ ਪੈਸਾ ਪਾਇਆ ਸਾਨੂੰ। ਸਭ ਤੋਂ ਵੱਡਾ ਸਹਿਯੋਗ ਸਾਡਾ ਰਣਜੀਤ ਬੇਦੀ ਦਾ, ਰਣਜੀਤ ਬੇਦੀ ਭਾਈ, ਇਹਨਾਂ ਦੇ ਬ੍ਰਦਰ ਬੱਟੇ ਨੇ ਲੰਗਰ ਲਾਇਆ ਜਿਹੜਾ ਗੁਰਦੁਆਰਾ ਤੇ ਲੰਗਰ ਚੱਲ ਰਿਹਾ ਸੀਗਾ। ਇਹ ਵੀ ਸਿਫਤਾ ਵੀ ਕਈਆਂ ਦੇ ਇਦਾਂ ਹੁੰਦਾ ਹੈ ਵੀ ਲੰਗਰ 1 ਵਜੇ ਲੱਗ ਗਿਆ ਜਾਂ 11 ਵਜੇ ਲੱਗਿਆ, 2 ਵਜੇ ਤੱਕ ਲੰਗਰ ਸਮਾਪਤ। ਸਾਡੇ ਬੰਦੇ ਯਾਰ ਮੈਨੂੰ ਲੱਗਦਾ ਹੁਣ ਵੀ ਲੰਗਰ ਚੱਲਦਾ ਸੀਗਾ, ਹੁਣ ਲੰਗਰ ਅਜੇ ਤੱਕ ਵੀ ਨਹੀਂ ਮੁੱਕਿਆ ਨਾ ਸਾਡੇ ਵੱਲੋਂ ਭਾਜੀ, ਆਪਾਂ ਤਾਂ ਕਹਿ ਹੀ ਨਹੀਂ ਸਕਦੇ ਮਾੜਾ ਹੈ ਨਾ। ਸੋ ਇੱਧਰ ਪ੍ਰਬੰਧਕ ਵੀਰ ਤੁਸੀਂ ਦੇਖ ਸਕਦੇ ਹੋ ਮੇਲਾ ਬਹੁਤ ਵਧੀਆ ਗਿਆ ਜੀ। ਮਿਲਦੇ ਹਾਂ ਫਿਰ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।